दीपक कुमार का मुंडा आ जो कि असी गए थे अपने काम तहसील के ठीक है जी उत्ते खड़े हुए हैं इन्हें गलबात हुई है ये साढ़े ना बेंसन ला पिया इन्हें अपना रिवॉल्वर कढ़िया साढ़े फायर करता धीरज कुमार दे ठीक है जी मेरे वालू भी मारन लगा फायर वो पिस्तौल पर अड़ गया मैं गड्डी के ओले हो गए जान बचाई मैं बट्टा चक लिया उन्हें मैं कहा मार पे उन्हें चेनू सारी पब्लिक इकट्ठी हो गई उन्होंने भी रल मिल के सारे ने बचा कर लिया इन मैं उठा के लैके आया ਸਰਕਾਰੀ ਅਦਾਰੇ ਦੇ ਅੰਦਰ ਕਾਫੀ ਉੱਤੇ ਤਹਿਸੀਲ ਹਾਂਜੀ ਹਾਂਜੀ ਤਹਿਸੀਲਦਾਰ ਸਾਹਿਬ ਵੀ ਹੁੰਦੇ ਐ ਐਸਡੀਐਮ ਸਾਹਿਬ ਵੀ ਹੁੰਦੇ ਇੰਨਾ ਬੇਖੌਫ ਕੀ ਸਰਕਾਰੀ ਅਦਾਰੇ ਦੇ ਅੰਦਰ ਆ ਕੇ ਗੋਲੀ ਚਲਾਣਾ ਕਿਦਾਂ ਕੀ ਕਹੋਗੇ ਸਰ ਇਹਨੂੰ ਕੁਛ ਵੀ ਨਹੀਂ ਕਹਿੰਦੇ ਦੇਖ ਲਓ ਇਹ ਤੋਂ ਪਰੇ ਕੀ ਕਹਿ ਸਕਦੇ ਆ ਉਹਨੇ ਗੋਲੀ ਮਾਰਤੀ ਮਾਰੀ ਤਾਂ ਇੱਕ ਤਰ੍ਹਾਂ ਦਾ ਇਹ ਤੋਂ ਪਰੇ ਹੁਣ ਕੀ ਕਹਿ ਸਕਦੇ ਆ ਜੋ ਜਿਹੜਾ ਕਹਿੰਦੇ ਮਤਲਬ ਕੋਈ ਡਰੇ ਹੀ ਨਹੀਂ ਕੋਈ ਕੋਈ ਮਾੜੀ ਮੋਟੀ ਵੀ ਹੋਵੇ ਗੱਲਬਾਤ ਹੋਵੇ ਤੂੰ ਕੁਛ ਗੱਲ ਕਰ ਰਿਵੋਲਵਰ ਕੱਢੋ ਉਹਦੇ ਵਿੱਚ ਗੋਲੀ ਮਾਰ ਦਿਓ ਡਰ ਖੌਫ ਵਾਲੀ ਚੀਜ਼ ਹੈ ਹੀ ਨਹੀਂ ਸਰਕਾਰੀ ਅਦਾਰੇ ਦੇ ਅੰਦਰ ਦੀ ਗੱਲ ਆ ਤੁਸੀਂ ਆਪਣੀ ਅੱਖੀ ਦੇਖਿਆ ਆਪ ਪਛਾਣਿਆ ਉਹਨੂੰ ਮੈਂ ਜਾਣਦਾ ਜੀ ਉਹਨੂੰ ਚੱਜ ਦੇ ਨਾਲ ਸਾਨੂੰ ਕਹਿੰਦੇ ਮਿਲਣਾ ਆ ਅਸੀਂ ਮਿਲਣਾ ਆ ਆਪਣਾ ਕੰਮ ਵੀ ਸਾਨੂੰ ਜ਼ਰੂਰੀ ਸੀ ਥੀਲੇ ਸਾਡਾ ਪ੍ਰੋਪਰਟੀ ਦਾ ਕੰਮ ਕਰਦੇ ਹਾਂ ਜਦੋਂ ਗਏ ਹਾਂ ਇਹ ਉੱਥੇ ਖੜਾ ਹੀ ਤਿਆਰੀ ਦੇ ਵਿੱਚ ਪਹਿਲਾਂ ਪਲੈਨਿੰਗ ਬਣਾਈ ਹੋਊਗੀ ਇਹਨੇ ਰੱਬ ਜਾਣਦਾ ਇਹਦਾ ਮਨ 'ਚ ਕੀ ਹੋਊਗੀ ਰਿਵੋਲਵਰ ਕੱਢਿਆ ਗਾਲੀ ਕੱਢ ਕੇ ਫਾਇਰ ਮਾਰਤਾ ਕੋਈ ਪਿਛਲੀ ਕੋਈ ਰੰਜਿਸ਼ ਜਾਂ ਕੋਈ ਕੁਛ ਨਹੀਂ ਰੰਜਿਸ਼ ਇੱਦਾਂ ਦੀ ਕੁਛ ਰੰਜਿਸ਼ ਨਹੀਂ ਹੈਗੀ ਮਤਲਬ ਹਾਲੇ ਪਤਾ ਹੀ ਨਹੀਂ ਤਾਂ ਹਾਂਜੀ ਕੁਛ ਨਹੀਂ ਸਾਨੂੰ ਪਤਾ ਹੈਗਾ ਕੀ ਇਹਦੇ ਮਨ 'ਚ ਸੀ ਕੀ ਪਲੈਨਿੰਗ ਹਿਸਾਬ ਨਾਲ ਕੀ ਕੀਤਾ ਇਹਨੇ ਕੰਮ ਹਾਂਜੀ ਸਰ ਸਾਡੇ ਕੋਲ ਪੇਸ਼ੈਂਟ ਆਇਆ ਇੱਕ ਧੀਰਜ ਕੁਮਾਰ ਗਨਸ਼ੋਟ ਇੰਜਰੀ ਹੈਗੀ ਹੈ ਉਹਨਾਂ ਦੇ ਖੱਬੇ ਲੱਕ 'ਤੇ ਫਿਲਹਾਲ ਇੱਕੋ ਇੰਜਰੀ ਹੈਗੀ ਆ ਐਕਸਰੇ ਲਈ ਅਸੀਂ ਭੇਜਿਆ ਹੈਗਾ ਹਾਲਤ ਫਿਲਹਾਲ ਸਟੇਬਲ ਆ ਬਾਕੀ ਐਕਸਰੇ ਦੀ ਰਿਪੋਰਟਾਂ ਆਉਣ ਤੋਂ ਬਾਅਦ ਪਤਾ ਲੱਗੇਗਾ ਕੀ ਅੱਗੇ ਫਾਰਵਰਡ ਕੀਤਾ ਜਾ ਰਿਹਾ ਕਿ ਇੱਥੇ ਹੀ ਰੱਖਿਆ ਜਾ ਰਿਹਾ ਕਿ ਫਿਲਹਾਲ ਐਕਸਰੇ ਦੀ ਰਿਪੋਰਟ ਅਸੀਂ ਵੇਟ ਕਰ ਰਹੇ ਹਾਂ ਉਸ ਤੋਂ ਬਾਅਦ ਹੀ ਕਲੀਅਰ ਹੋਏਗਾ ਜੀ ਕਿੰਨੀ ਕੇ ਸੱਟ ਲੱਗੀ ਹੋ ਕਿੰਨੀਆਂ ਕੇ ਗੋਲੀਆਂ ਪਛਾਇਆ ਇੱਕ ਜਿੱਦਾਂ ਇੱਕ ਗੋਲੀ ਦਾ ਨਿਸ਼ਾਨ ਹੈਗਾ ਜੀ ਖੱਬੇ ਲੱਕ 'ਤੇ ਸਟੇਬਲ ਆ ਪੇਸ਼ੈਂਟ ਸਟੇਬਲ ਆ ਜੀ ਠੀਕ ਹੈ ਥੈਂਕ ਯੂ